बाहर निकल भी आ दफा हो या अंदर मेकअप करने लग पई है। चादर लगती रही है बड़ी, चादर कौन लगती है बड़ी, चादर कोई लगती। दो घंटे का टाइम दिता कुकी ने, कुकी आखे दो घंटे ने वेद वेद फैसला करा लो, नहीं तो मैं तुम्हारे से पर्चा करा दे सा। सुन आपा किदे जावना है के आपा माई साबरा दे सिर गला गत्तर जाना है। ओनु जाके की आखना है? ओए ओनु जाके मिनत मुथाजी करने है, ओनु आने साडे हक च गवाही देवे। पक्की करनी है, ओ ना होवे चगल चगल की तिखोती है। मैं नहीं चगल करती, तू आदी जबान ते कंट्रोल करी। ओ मियां भूतने हैं, ओरा गल सुन। हां दस की है? देख ला आज मैं तेन किन्ने अदब नाल बुलांदा पे मियां भूतना, जब के हालांकि तू सारे जमाने दी खाच टूटी हो चगल। बक बक ना कर, सीधी गल कर, करू की गल? ए करूंगा तू जेड़ा मेरे ते कुकी दी मज दा इल्जाम थोपया होया ना, ओ आधा इल्जाम वापस ले ला, चंगा रह जासे। नहीं तो मैं तेरे नाल बहुत बुरा पेश आसा, मैं बहुत गंदा बंदा हां ते जलील किस्म दा इंसान हां। मेनू जदों कावड़ चढ़ जावे ना, मैं तो प्यो दा लिहाज कदी नहीं कीता। भूतना तू मैनू ए दस, तू आदी अखां दे नाल वेखेगा मेरा साईं जिहड़ा मज छड्डदा पिआगा आदे सिर तों बुमाल ला के साडे सिर ते सट्टी खलोता हैगा, साडे ते की लाना हैगा या तू? ए तो ओ गल हो गई ना, बांदरी दे पैर सड़े आने उस बच्चे पैरां थल्ले लै लैण। ए यार मार है, लख लानत है इहो जे यार ते, इहो जे यारी ते। मैं तैनूं इस गल रोकदी आं कि इहनां दे घरे ना गया कर, इस बंदे नाल ना टुरिया कीता कर, इह बंदा पूणा कोई नहीं हैगी, इह खच जमाने दी चबल है। ए तो निमक हराम निकले सुगरा भैणा, हुण तेरे साईं एवें सानूं नमक हराम सद्दी जांदा है। जिहड़ी रात कुकी दी मज खुल्ली आई, उस रात एक घंटा पहले मेरा साईं तुहाडे घरे बैठा रहा, ते तुहानूं दोवां सवाणी मरद नूं वेहड़े दे विच औच पचौली लगी ਹੋਈ ਹੈ ਕਿ ਕਿਹੜਾ ਬਹਾਨਾ ਹੋਵੇ ਤੇ ਭੂਤਨਾ ਆਦੇ ਘਰੇ ਜਾਵੇ ਤੇ ਅਸੀਂ ਮਾਜ ਖੋਲੀਏ। ਹਾਂ ਦੋਵੇਂ ਜੀ ਲੁੱਸਦੇ ਵਧਿਆ ਜੀ, ਤੁਹਾਨੂੰ ਖਾਰਿਸ਼ ਪਈ ਹੋਈ ਹੋਵੇ। ਜੇ ਖੋਲ ਲੈਨੇ ਤੇ ਹੁਣ ਮੰਨ ਜਾਓ ਬਿੱਲਾ, ਨਾ ਅਸੀਂ ਮਾਜ ਖੋਲੀਏਗੀ ਤੇ ਨਾ ਸਾਡੇ ਤੇ ਬਾਰ ਬਾਰ ਇਲਜ਼ਾਮ ਠੋਕ ਪਈ, ਸਮਝ ਆਈ ਹੈਗੀ ਹੈ ਨਾ? ਚੁੱਪ ਕਰਕੇ ਖਲੋਤੀ ਰਵੀ ਅੱਗੇ ਬੜਾ ਸਾਨੂੰ ਚੱਕ ਦੇ ਵਿੱਚ ਗੰਦਿਆ ਕੀਤੀ ਖਲੋਤੇ ਨੇ ਦੋਵੇਂ ਜੀ ਤੁਸੀਂ। ਆ ਜਿਹੜੀ ਅੱਜ ਪਛੋਲੀ ਸਾਨੂੰ ਲੱਗੀ ਖਲੋਤੀ ਆਈ ਨਾ, ਇਸ ਗੱਲ ਦੀ ਲੱਗੀ ਖਲੋਤੀ ਆਈ ਕਿ ਨਿਕਲ ਜਾਵੇ ਸਾਡੇ ਘਰੋਂ, ਮੇਰੀਆਂ ਸਾਲੀਆਂ ਪਰਦੇਦਾਰ ਆਈਆਂ ਹੋਈਆਂ ਨੇ ਸਾਡੇ ਘਰ ਦੇ ਵਿੱਚ, ਤੇ ਸ਼ਾਦੀ ਮੇਰੀ ਦੀ ਫਿਲਮ ਆਈ ਹੋਈ ਆ, ਉਹ ਅਸੀਂ ਰਲ ਕੇ ਵੇਖੂ ਅਸੀਂ ਫੈਮਿਲੀ ਬਹਿ ਕੇ, ਹੁਣ ਇਸ ਖੱਚਰ ਨੂੰ ਵਿੱਚ ਬਹਾ ਲਈਏ ਆ। ਤਾਂ ਮੇਰਾ ਸਾਈਂ ਤੇ ਮੈਂ ਇਨਵਾਨ ਦੇ ਸੇ, ਤੂੰ ਹੁਣ ਮੇਰਾ ਭਰਾ ਦੇ ਘਰੇ ਵਗਦਾ, ਟਾਈਮ ਬੜਾ ਹੋਇਆ ਖਲੋਤਾ ਹੈ ਕਿ ਜਾ ਕੇ ਸੌਂ ਸਕੂਨ ਨਾਲ। ਇਹ ਤਾਂ ਢੀਠ ਹੋ ਕੇ ਬੈਠਾ ਹੋਇਆ, ਇਹ ਸੋ ਕਾਵੜ ਕੱਢੀ ਆਪਣੇ ਤੇ। ਹੋਰ ਬੋਲਾ ਜਿਆ ਨਵੇਂ ਤੇ ਗੱਲ ਕੀਤੀ ਖਲਾ, ਆ ਤੇਰੀਆਂ ਸਾਲੀਆਂ ਹੁਣ ਤੱਕ ਮੇਰੇ ਨਾਲ ਆਲੂ ਚੁਗਦੀਆਂ ਰਹੀਆਂ, ਉਹ ਲੈ ਉਹਨਾਂ ਨੂੰ ਫੜਦੇ ਕੋਈ ਨਾ। ਉਹ ਜਦੋਂ ਮੇਰੀ ਇਹਦੇ ਨਾਲ ਸ਼ਾਦੀ ਹੋਈ ਹੈ ਉਦੋਂ ਦਾ ਮੈਂ ਆਰਡਰ ਦਿੱਤਾ ਹੋਇਆ ਕਿ ਤੁਸੀਂ ਪਰਦਾ ਕਰੋ, ਸ਼ਰੀਅਤ ਦਾ ਹੁਕਮ ਹੈ ਕਿ ਜਵਾਨ ਲੜਕੀਆਂ ਪਰਦਾ ਕਰਨ, ਬਸ ਉਹ ਹੁਣ ਪਰਦਾ ਕਰਦੀਆਂ, ਹੁਣ ਉਹ ਪਰਦੇਦਾਰ ਹਨ। ਚਲੋ ਕਿਦਾਂ ਮੈਂ ਵੇਖ ਲੈਣ ਉੱਤੋਂ ਲਾ ਕੇ ਮੈਂ ਟੁਰਦੀਆਂ ਵਧੀਆਂ ਹੋਈਆਂ, ਮੋੜ ਉਸਾਂ ਦੀ ਗੋਤ ਚ ਫਾਦ ਕਮ ਤੇਰੇ ਕੋ ਲਾਇਮ ਸਾ। ਮੇਰੀਆਂ ਭੈਣਾਂ ਪਰਦੇ ਕਰਨ ਜਾਂ ਨਾ ਕਰਨ, ਤੁਸੀਂ ਸਾਨੂੰ ਇਸ ਬਵਾਲ ਚ ਕੱਢੋ ਜਿਹੜਾ ਚ ਤੁਸੀਂ ਸਵਾਣੀ ਬਦਾ ਗਾਤ ਦਿੱਤਾ ਹੈਗਾ। ਮੇਰੀ ਭੈਣਾਂ ਬਵਾਲ ਕੋਈ ਨਹੀਂ, ਸਿਰ ਤੇ ਆਈ ਭੋਗੋ ਨਾ ਖੋਲੋ ਮੱਝ। ਅਸਾਂ ਮੱਝ ਕੋਈ ਨਹੀਂ ਖੋਲੀ ਹੈਗੀ, ਅੱਲਾ ਜਾਣੇ ਤੁਸੀਂ ਕਈਆਂ ਕਾਵੜੀ ਕੱਢਦੇ ਵਧਨੇ ਸਾਡੇ ਮੂੰਹ। ਇਹ ਜਿਹੜਾ ਸ਼ਖਸ ਹੈ ਨਾ, ਆਏ ਖੋਤੇ ਤੇ ਦੰਦਾ ਵਾਲਾ ਤੇ ਆ ਜਿਹੜੀ ਕਾਲ ਕੜਚੀ ਹੈ ਆਸਟ੍ਰੇਲੀਆ ਦੀ ਬਾਂਦਰੀ, ਇਹ ਦੋਵੇਂ ਮੈਂ ਬਹੁਤ ਸ਼ੈਤਾਨ ਆਦਮੀ ਹਾਂ। ਮਿੱਟੀ ਚੱਟਾ ਨਾਲ ਬਿਟੱਟਾ ਨਾ ਗੱਲ, ਹੋਸ਼ ਨਾਲ ਕਰ, ਮੈਂ ਤਾਂ ਉਲੱਥਾ ਮਰਸਾ ਮੂੰਹ ਦੇ ਉੱਤੇ ਤੇ ਨੱਕ ਚ ਦਤੀਰੀ ਕੱਢ ਦੇ। ਹੈ ਨਹੀਂ ਹੇਕ ਤਾਂ ਸਾਡੇ ਤੇ ਚੋਰੀ ਦਾ ਇਲਜ਼ਾਮ ਠੋਕੀ ਖਲੋਤੀ ਹੈ ਕਿ ਤੂੰ ਸੁਇਨਾ ਸੌਰੀ ਕੀਤੀ ਖਲੋਤੀ ਹੈ ਸਾਡੇ ਨਾਲ ਬਾਂਦਰੀ। ਇਹ ਬੇਈਮਾਨ ਲੋਕ ਨਾ, ਆਪਾਂ ਚਲੀ ਆਪਾਂ ਜਿੱਦੇ ਜਾਂਦੇ ਪਏ, ਇਹਨਾਂ ਨੂੰ ਦਫਾ ਹੋਵਣ ਦੇ ਨੇ ਕੰਜਰਾਂ ਨੂੰ। ਤੂੰ ਇਹਨਾਂ ਨੂੰ ਮੂੰਹ ਲਾਇਆ ਹੈਗਾ? ਮੈਂ ਤਾਂ ਸੱਦ ਕੇ ਮੈਂ ਖੈ ਸ਼ਾਇਦ ਕਿਸੇ ਹਿਸਾਬ ਨਾਲ ਇਹਨਾਂ ਨਾਲ ਗੱਲ ਮੁੱਕ ਜਾਸੀ, ਲੇਕਿਨ ਇਹ ਤਾਂ ਵਧਾਉਂਦੇ ਪਏ। ਲਿਖਿਆ ਲਿਖਿਆ ਲੈ ਸੱਦ ਜੇ ਨਾ ਤਾਂ ਗੱਲਾਂ ਕੀਤੇ ਜਾਂਦੇ, ਔਰ ਵੇਖੀ ਆ ਦੋਵਾਂ ਜੀਆਂ ਨੂੰ ਲਾਨਤ ਹੀ ਨੇ। ਇਹ ਲੰਮ ਤਾਂ ਚਾਹ ਪਟ ਜਾਂਦਾ ਕਾਲੇ ਮੂੰਹ ਵਾਲਾ, ਤੂੰ ਅਗਾ ਟੋਰ। माई साबरा बैठी हुई है, तू हुण मिन्नता करन दी अखीर कर देनी है, ओनू इत्थों मना के उठी बना। मिन्नता तो मैं कर ले, तू अज जबान संभाल ले। नहीं मैं मिन्नता कर सा।
ਪੁੱਤ ਨਾ ਡਾਕਟਰ ਨੂੰ ਆਖਿਆ ਮੈਂ ਤਾਂ ਸਿਰ ਚ ਗੜਾ ਘਤਿਆ ਕੋਈ ਨਹੀਂ ਆਇਆ ਡਾਕਟਰ ਮਾਈ ਸਾਬਰਾ ਸੁਣਾ ਤਬੀਅਤ ਦੀ ਮੇਰੀ ਤਬੀਅਤ ਠੀਕ ਹੈ ਤੇ ਕਿਵੇਂ ਆਏ ਨੇ ਆਏ ਹੈਗੇ ਚਾਚੇ ਕੁੱਕੀ ਕਿਉਂ ਗਈ ਚੋਰੀ ਉਹ ਇਲਜ਼ਾਮ ਸਾਡੇ ਸਿਰ ਤੇ ਠੋਕੀ ਖਲੋਤਾ ਹੈਗਾ ਉਹਨੇ ਇਹ ਗੱਲ ਕੀਤੀ ਹੈਗੀ ਹੈ ਮਾਈ ਸਾਬਰਾ ਤੁਹਾਡੀ ਜਗ੍ਹਾ ਤੇ ਨਿਆਂ ਦੇਵੇ ਚਾ ਤੇ ਤੇਰੇ ਸਾਈਂ ਦੀ ਚੋਣ ਛੱਡਣਾ ਨੇ ਤੇ ਪਰਚਾ ਕਰਵਾ ਸੀ ਨਾ ਨਹੀਂ ਮੇਰੀ ਦੀ ਮੈਂ ਤਾਂ ਨਿਆਂ ਅੱਡੋ ਵੀ ਨਹੀਂ ਦਿੰਦੀ ਕੀ ਪਤਾ ਤੇਰੇ ਸਾਈਂ ਚੋਰੀ ਕਰ ਲਈ ਹੋਵੇ ਸਾਰੇ ਦਿਨ ਰਾਤ ਸਾਰਾ ਦਿਨ ਤੇ ਲੂਰ ਲੂਰ ਕਰ ਗਏ ਬੰਦਾ ਕੁੱਤੇ ਤਰ੍ਹਾਂ ਮਾਈ ਸਾਬਰਾ ਤੈਨੂੰ ਇਸ ਗੱਲ ਦਾ ਪਤਾ ਹੈਗਾ ਮੇਰੇ ਸਾਈਂ ਨੂੰ ਗੰਦੀ ਆਦਤ ਹੈਗੀ ਭੁੰਗਣ ਦੀ ਲੇਕਿਨ ਚੋਰੀ ਕਰਨ ਦੀ ਆਦਤ ਕੋਈ ਨਹੀਂ ਹੈਗੀ ਮੈਂ ਤਾਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਿਸੇ ਦੀ ਸਿਗਟਾਂ ਦੀ ਡੱਬੀ ਦੀ ਚੋਰੀ ਕੀਤੀ ਵੇ ਕਾਕਾ ਨਿਆਂ ਹੱਕ ਦਾ ਵੀ ਤੇ ਅਨੱਕ ਦਾ ਵੀ ਮੇਰਾ ਪੁੱਤ ਇੱਕੋ ਦਾ ਇੱਕ ਹੈ ਮੈਂ ਤਾਂ ਨਿਆਂ ਨਹੀਂ ਦਿੰਦੀ ਮਾਈ ਸਾਬਰਾ ਇਵੇਂ ਮੈਂ ਤੇਰੇ ਕੋਲ ਨਿਆਂ ਨਹੀਂ ਲੈਣੀ ਹੈਗੀ ਆ ਮੈਂ ਪਹਿਲਾਂ ਤੈਨੂੰ ਨਿਆਂ ਦੇਣੀ ਆ ਕਿ ਮੇਰੇ ਸਾਈਂ ਚੋਰੀ ਨਹੀਂ ਕੀਤੀ ਹੈਗੀ ਤੇ ਉਸ ਤੋਂ ਬਾਅਦ ਤੂੰ ਜਾ ਕੇ ਕੁੱਕੀ ਕੋਲ ਨਿਆਂ ਦੇਵੀ ਚਾ ਹਾਂ ਪੁੱਤਰ ਕੀ ਖਿਆਲ ਹੈ ਤੇਰਾ ਇਹਨਾਂ ਦਿਨ ਥਾਂ ਤੇ ਨਿਆਂ ਦੇਵਾਂ ਚਾ ਇਹ ਵਿਚਾਰੇ ਨਾ ਮੁਸੀਬਤ ਤੇ ਚਾਹੇ ਖਲੋਤੇ ਹੈਗੇ ਨੇ ਓਏ ਅੰਮਾ ਇਹ ਬੰਦੇ ਦਾ ਚੰਗੇ ਚੁੰਗੇ ਕੋਈ ਨਹੀਂ ਹੈਗੇ ਪਰ ਅੱਧਾ ਫਕਰ ਆਪਾਂ ਨਹੀਂ ਦੇਂਦੇ ਕਸਮ ਨੇ ਓਏ ਚੀਮਿਆ ਮੇਰਾ ਇਹਸਾਨ ਤੇਰੇ ਤੇ ਹੈ ਉਹ ਯਾਦ ਕਰ ਜੇ ਨਹੀਂ ਯਾਦ ਤੇ ਮੈਂ ਤੈਨੂੰ ਯਾਦ ਕਰਾ ਦੇਣਾ ਦਰਬਾਰ ਤੇ ਤੈਨੂੰ ਲੋਕੀ ਫੱਦੀ ਖਲੋਤੇ ਹਨ ਲਿਤਰਾ ਨਾਲ ਕੁੱਟੂ ਹਨ ਉਹ ਆਂਦੇ ਹਨ ਜੇਬ ਨੇ ਕੱਟੀ ਹੈ ਤੇ ਮੈਂ ਜਾ ਕੇ ਤੇਰੀ ਜਗ੍ਹਾ ਤੇ ਸਫਾਈ ਦੇ ਦਿੱਤੀ ਹੈ ਮੈਂ ਕਿਹਾ ਨਹੀਂ ਇਹ ਇਹੋ ਜਿਹਾ ਬੰਦਾ ਨਹੀਂ ਹੈ ਹਾਲਾਂਕਿ ਜੇਬ ਵੀ ਤੂੰ ਹੀ ਕੱਟੀ ਆਈ ਹੋ ਅਬੇ ਇਹ ਕਦੋਂ ਦੀ ਗੱਲ ਹੈ ਜੇਬ ਵਾਲੀ ਇਹ ਮੈਂ ਪਿਛਲੇ ਸਾਲ ਦੀ ਗੱਲ ਹੈ ਜਦੋਂ ਕਬੀਰ ਵਾਲਾ ਮੇਲਾ ਲੱਗਾ ਹੈ ਓਏ ਅੰਮਾ ਦਫਾ ਕਰ ਇਸ ਗੱਲ ਨੂੰ ਕਿਸੇ ਦੇ ਕੰਮ ਆਣਾ ਚਾਹੀਦਾ ਇਹਦੇ ਤੇ ਵੱਡੀ ਇਨਸਾਨੀਅਤ ਕੋਈ ਨਹੀਂ ਚਲੋ ਠੀਕ ਹੈ ਨੀ ਮੇਰੀ ਦੀ ਤੂੰ ਦੀ ਦੇਣ ਆ ਗਈ ਹੈ ਤੇ ਤੁਹਾਡੀ ਥਾਂ ਤੇ ਮੈਂ ਜ਼ਮਾਨਾ ਦੇ ਛੱਡੂ ਮਾਈ ਸਾਬਰਾ ਹੁਣੇ ਉੱਥੇ ਪਰੇ ਲੱਗਦੀ ਪੈ ਗਈ ਉੱਠ ਸਾਡੇ ਨਾਲੇ ਚੱਲ ਤੂੰ ਚੱਲੋ ਮੇਰਾ ਪੁੱਤਰ ਪੱਠੇ ਕੁਤਰ ਲੈਂਦਾ ਤੇ ਮੋੜ ਅਸੀਂ ਤੇਰੇ ਮਗਰ ਅੰਦਾ ਪਿਆ ਹੈ ਚਲੋ ਆ ਜਾਵੀ ਮਾਈ ਤੁਹਾਡੀ ਮਿਹਰਬਾਨੀ ਆ ਜਾ ਰਮਜੀ ਬੜੀ ਮਿਹਰਬਾਨੀ ਮਾਈ ਸਾਹਿਬ ਬੜੀ ਮਿਹਰਬਾਨੀ ਹੋਰ ਹੁਣ ਤਬੀਅਤ ਸਹੀ ਹੈ ਜੀ ਹਾਂ ਹਾਂ ਮੇਰੀ ਤਬੀਅਤ ਠੀਕ ਹੈ ਮੇਰੇ ਪੁੱਤਰ ਟਿਕਾਣਾ ਪੱਠੇ ਕੁਤਰ ਲਾ ਹਲਾ ਦਰਵਾਜ਼ਾ ਖੜਕਾ ਫਲਕ ਸ਼ੇਰ ਦਾ ਅਸ਼ਰਫ ਡਾਕਟਰ ਨੂੰ ਸੱਦ ਕੇ ਲਿਆ ਤੇ ਇਹਨੂੰ ਟੀਕੇ ਲਵਾ ਉਹ ਯਾਰ ਦਰਵਾਜ਼ਾ ਖੜਕਦਾ ਪਿਆ ਪਤਾ ਕਰ ਕੌਣ ਹੈ ਬਾ ਅਸਲਾਮ ਅਲੈਕੁਮ ਭਾਈ ਵਾਲੇਕੁਮ ਸਲਾਮ ਚੌਧਰੀ ਸਾਹਿਬ ਬੈਠੇ ਨੇ ਹਾਂਜੀ ਆ ਸਾਹਮਣੇ ਖਲੇ ਫੋਨ ਨਹੀਂ ਚੁੱਕਦੇ ਪਏ ਯਾਰ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਫਲਕ ਸਾਹਿਬ ਹਾਲ ਤਾਂ ਠੀਕ ਹੈ ਤੇ ਆ ਪਿਛਲੀ ਉਮਰੇ ਖੁਸਰਾ ਰੱਖੀ ਫਿਰਨਾ ਉਹ ਨਹੀਂ ਨਹੀਂ ਇਹ ਤਾਂ ਵੈਸੇ ਨਾਲ ਆ ਜਾਂਦਾ ਹੈ ਕੰਮ ਕੁਮ ਵਾਸਤੇ ਹੁਕਮ ਕਰ ਕਿਵੇਂ ਆਮਨ ਹੋਇਆ ਉਹ ਯਾਰ ਮੈਂ ਚੋਰੀ ਹੋ ਗਈ ਫੋਨ ਨਹੀਂ ਚੱਲਦਾ ਪਿਆ ਤੂੰ ਮਰਜ਼ੀ ਆਲਾਮੀ ਚੌਧਰੀ ਸਾਹਿਬ ਫੋਨ ਯਾਰ ਸਾਇਲੈਂਟ ਲੱਗਿਆ ਹੋਇਆ ਰਾਤੀ ਤਰਾਵੀਆਂ ਪੜਦੇ ਰਹੇ ਆ ਤੇ ਦਿਨਾਂ ਸੁੱਤਾ ਰਿਹਾ ਜੱਟ ਉਹ ਚੌਧਰੀ ਫਲਕ ਸ਼ੇਰ ਸਾਹਿਬ ਮੇਰੇ ਨਾਲ ਚੱਲੋ ਉੱਤੇ ਸਾਰਾ ਲਾ ਕੇ ਪੰਚਾਇਤ ਦਾ ਫੈਸਲਾ ਕਰੋ ਮੇਰੀ ਬਾਝ ਲੱਭੋ ਕਿ ਮੈਂ ਚਲਾ ਤਾਂ ਜਾਵਾਂ ਤੇਰਾ ਜਿਹੜਾ ਪਿੰਡ ਹੈ ਨਾ ਉਹ ਸਾਰਾ ਐਵੇਂ ਚਗਲ ਜਿਹਾ ਹੈ ਤੇ ਮੇਰਾ ਖਿਆਲ ਹੈ ਮੈਨੂੰ ਮਾਫੀ ਦੇ ਦਿਓ ਉਹ ਪਿੰਡ ਦੇ ਵਿੱਚ ਤਾਂ ਮੈਂ ਵੀ ਰਹਿਣਾ ਮੈਂ ਵੀ ਚਗਲ ਹੋ ਗਿਆ ਫਿਰ ਇਹਦੇ 'ਚ ਕਿਹੜਾ ਸ਼ੱਕ ਹੈ ਜੀ ਉਹ ਜ਼ਲੀਲ ਦੇ ਬੱਚਿਆ ਤਮੀਜ਼ ਨਾ ਖੜੋ ਮਿਹਰਬਾਨੀ ਕਰੋ ਜੀ ਚੱਲ ਤੇ ਫੈਸਲਾ ਕਰੋ ਠੀਕ ਹੈ ਮੀਆਂ ਚੱਲਨੇ ਆ ਉਹ ਨੌਮੀ ਡਾਕਟਰ ਨੂੰ ਸਾਥ ਕੇ ਦੁਕਾਨ ਨੂੰ ਟੀਕਾ ਲਵਾ ਠੀਕ ਹੈ ਚੋਈ ਸਾਹਿਬ ਮੈਂ ਲਵਾ ਦੇ ਟੀਕਾ ਆਓ ਜੀ ਆਓ ਸ਼ਰੀਫ ਬੰਦਾ ਹੈ ਅਗਰ ਮੱਝ ਖੋਲੀਏ ਤੂੰ ਤੇ ਵਾਪਸ ਕਰ ਦੇ ਅਗਰ ਤੂੰ ਖੋਲੀ ਹੈ ਤੇ ਤੂੰ ਵਾਪਸ ਕਰ ਦੇ ਨਹੀਂ ਤਾਂ ਮੈਂ ਆਪਦੇ ਤਰੀਕੇ ਨਾਲ ਵਾਪਸ ਲੈ ਸਕਦਾ ਉਹ ਨਹੀਂ ਚੌਧਰੀ ਸਾਹਿਬ ਤੁਸੀਂ ਮੱਝ ਦੀ ਗੱਲ ਕਰਦੇ ਪਏ ਨਾ ਮੈਂ ਕਿਸੇ ਦੀ ਕੁੱਤੀ ਨਹੀਂ ਖੋਲਦਾ ਉਹ ਮੇਰੇ ਘਰ ਦੇ ਵਿੱਚ ਖੋਤੀ ਕੋਈ ਨਹੀਂ ਜਿੰਦੇ ਵਾਸਤੇ ਮੈਂ ਪੱਠੇ ਪਾ ਲਵਾਂ ਉਹ ਮੈਨੂੰ ਕਿਹੜੀ ਲੋੜ ਹੈ ਮੱਝ ਖੋਲਣ ਦੀ ਸਿਰਫ ਆ ਖੱਤਰ ਦੇ ਦੰਦਾਂ ਵਾਲਾ ਤੇ ਆ ਉਹ ਕਾੜ ਕੜਿੱਛੀ ਇਹ ਮੇਰੇ ਤੇ ਇਲਜ਼ਾਮ ਲਾਏ ਖੋਤੇ ਨੇ ਹੋਰ ਗੱਲ ਕੋਈ ਨਹੀਂ ਆ ਚੌਰੀ ਸਾਹਿਬ ਮੇਰੇ ਸਾਈਂ ਮੱਝ ਕੋਈ ਨਹੀਂ ਖੋਲੀ ਹੈਗੀ ਅੱਲਾ ਜਾਣੀ ਨਾ ਕੀ ਲਾਣਾ ਹੈਗਾ ਸਾਡੇ ਤੇ ਪੂਰੇ ਪਿੰਡ ਸਾਨੂੰ ਗੰਦਿਆ ਕੀਤੀ ਖਲੋਤੇ ਹੈਗੇ ਨੇ ਉਹ ਬੜੀ ਸ਼ਕਲ ਵਾਲੀ ਜਿਹੜੀ ਔਰਤ ਹੈ ਨਾ ਇਹ ਸਿਰਫ ਕੰਮ ਨੂੰ ਚਾਹੀ ਖਲੋਤ ਕਿਉਂ ਵੀ ਕਾਕੀ ਤੁਹਾਡੇ ਕੋਲ ਕੀ ਸਬੂਤ ਹੈਗੇ ਮੱਝ ਇਹਨਾਂ ਨੇ ਖੋਲੀ ਚੌਧਰੀ ਸਾਹਿਬ ਸਬੂਤ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੀ ਰਾਤ ਚਾਚੇ ਕੁੱਕੀ ਦੀ ਮੱਝ ਖੁੱਲੀ ਹੈ ਨਾ ਇਹ ਗਏ ਸਾਡੇ ਲਈ ਇਸ ਕੀਤਾ ਸ਼ੱਕ ਭੂਤ ਨੇ ਤੇ ਕਿ ਮੱਝ ਖੁੱਲੀ ਹੈ ਭੂਤ ਨੇ ਅਸੀਂ ਇਹਨੂੰ ਲੈ ਕੇ ਉੱਥੇ ਗਏ ਹਾਂ ਜਿੱਥੋਂ ਮੱਝ ਖੁੱਲੀ ਹੈ ਅਗਾਂ ਜਾ ਵੀ ਇਹਨਾਂ ਤੇ ਇਹ ਸ਼ਾਨਦਾਰ ਰੁਮਾਲ ਵਾਲੀ ਜਿਹਾ ਪਿਆ ਕਿੱਲੇ ਦੇ ਵਿੱਚ ਉੱਥੋਂ ਮੁੜ ਸਬੂਤ ਪੱਕਾ ਨਹੀਂ ਤੇ ਹੋਰ ਕੱਚਾ ਹੈ ਹਾਂਜੀ ਚੌਰੀ ਸਾਹਿਬ ਤੁਸੀਂ ਡੇਲੀ ਪੰਜਾਤਾਂ 'ਚ ਬਾਂਧਦੇ ਹੋ ਤੁਹਾਨੂੰ ਤਾਂ ਪਤਾ ਹੀ ਇਹ ਕਲੀਅਰ ਚੋਰ ਬਣਦਾ ਪਿਆ ਹਾਂ ਵੀ ਜਵਾਨਾ
इस हिसाब नाल तां चोर तू बनदा पिया। चौधरी साहब 8 दिन हो गए मैं इन्हां दे घरे गया, उत्थे मैं रुमाल भुल के आ गया, सो मेरा रुमाल इन्हां दे घरे रह गया, इन्हां ने चाह के किले नाल वाल के उत्थे मेरे ते इल्जाम पा दिता भी चोरी इन्हें की। हाँ चोरी साहब ये सवानी बंदा बड़े शैतान है, अगर मेरे साए मासूम नु वैसे पाया इन्ने चा अल्लाह जड़ा के दुश्मनी कड्डी है इन्ने। ਆਸਟ੍ਰੇਲੀਆ ਦੀ ਬਾਂਦਰੀ ਦੇ ਮੈਂ ਆਦੀ ਜਿਹੜੇ ਨਾ ਨਾ ਇੱਥੇ ਕਦੇ ਸਾ ਸੂਰ ਵਿੱਚੋਂ ਨਾ ਆਵੇ ਤਾਂ ਤੈਨੂੰ ਤਾਂ ਤਮੀਜ਼ ਕੋਈ ਨਹੀਂ ਪਰਾਂ ਚ ਬਾਣ ਦੇ ਲਾ ਤੈਨੂੰ ਤਾਂ ਤਮੀਜ਼ ਹੈ ਕਿ ਬੰਦੇ ਇੱਕ ਮੰਦ ਚ ਬੈਠ ਕੇ ਕਿਵੇਂ ਗੱਲ ਕਰਦਾ ਹੈ ਕੀ ਹੋਇਆ ਖਲਾ ਨੇ ਕੀ ਹੋਇਆ ਖੋਤਾ ਨੇ ਆ ਪਰ ਕਾਲੇ ਮੂੰਹ ਵਾਲੇ ਤਾਂ ਮਰਨਾ ਹੋਇਆ ਖਲੋਤਾ ਕਾਲਾ ਮਰਨਾ ਹੋਵੇ ਖਮਾਈ ਸਾਬਰਾ ਇੱਕ ਤਾਂ ਮੇਰਾ ਸਾਈਂ ਤੇ ਸਾਡੇ ਤੇ ਇਲਜ਼ਾਮ ਠੋਕੀ ਖਲੋਤੀ ਉਲਟਾ ਹੈ ਬਦਮਾਸ਼ ਨਹੀਂ ਬਣੀ ਖਲੋਤੀ ਆ ਜਾ ਨਹੀਂ ਬਾਜ ਸਾਹ ਵਾਲੀ ਗੱਲ ਕੋਈ ਨਹੀਂ ਬਾਜੇ ਸਾਨ ਖੋਲ ਲੀਏ ਇਸ ਕੋਈ ਨਹੀਂ ਬਾਜ ਆ ਵੇ ਓਏ ਬੈਜਾ ਰਾਮ ਨਾ ਬਾ ਤਮੀਜ਼ ਨਾ ਦਾ ਤੁਹਾਨੂੰ ਤਮੀਜ਼ ਕੋ ਨਹੀਂ ਹੈਗੀ ਬੰਦੇ ਵਾਲੀ ਬਾਬੋ ਆ ਜਾ ਬਾਜ ਆ ਜਿਹੜੇ ਚ ਬਾਹਰ ਰਹਿਣ ਨਾ ਇਹ ਸਾਰਾ ਕੰਮ ਖਰਾਬ ਕੀਤੀ ਕਿੰਨੇ ਖਾਨਦਾਨ ਦਾ ਤਾਂ ਤੂੰ ਮੈਂ ਕੰਮ ਤਾਂ ਤੂੰ ਖਰਾਬ ਕੀਤਾ ਨਾ ਉਸ ਪਿਓ ਦੀ ਮਾਜ ਖੋਲ ਲੀਆਂ ਤਾਂ ਨਾ ਤੇਰੇ ਜਿਵੇਂ ਲੱਗੇ ਤੇਰਾ ਖਾਨਦਾਨ ਬੜਾ ਬੜਾ ਜੁੜੀ ਹੈ ਕਿ ਸਾਰਾ ਸਾਨੂੰ ਪਤਾ ਹੈਗਾ ਪਤਾ ਹੈਗਾ ਅੰਮਾ ਸਾਬਰਾ ਆ ਗਈ ਹੈ ਤੇ ਅੰਮਾ ਸਾਬਰਾ ਹੱਕ ਦੀ ਗੱਲ ਕਰਸੀ ਅੰਮਾ ਸਾਬਰਾ ਦੱਸ ਤੂੰ ਮੇਰੇ ਕਿਰਦਾਰ ਨੂੰ ਜਾਣਨੀ ਹੈ ਮੇਰੇ ਖਾਨਦਾਨ ਨੂੰ ਜਾਣਨੀ ਹੈ ਕਿ ਨਹੀਂ ਜਾਣਨੀ ਮੈਂ ਤੈਨੂੰ ਜਾਣਨੀ ਆ ਤੇਰੇ ਮੈਂ ਦਾਦੇ ਪਰਦਾਦੇ ਨੂੰ ਵੀ ਜਾਣਨੀ ਆ ਤੇਰੀ ਮੈਂ ਸੱਤੇ ਪੀੜੀਆਂ ਨੂੰ ਜਾਣਨੀ ਆ ਤੇਰੀ ਮਾਸੀ ਗਈ ਉਦੜ ਤੋਏ ਪੈਸੇ ਲੈ ਕੇ ਤੇ ਤੂੰ ਬੰਦਾ ਖਾ ਗਿਓ ਉਹ ਰਮਜ਼ੀ ਹੈ ਹੋਰ ਕੁਝ ਪੁੱਛਣਾ ਹੈ ਤੇ ਪੁੱਛ ਮੇਰੇ ਕੋਲੋਂ ਹੁਣ ਟਾਈਮ ਆਈ ਤੇਰਾ ਮੇਰੇ ਸ਼ਿਜਰਾ ਨੇ ਤਲੀ ਤੇ ਰੱਖ ਦਿੱਤਾ ਹੈ ਓਏ ਅੰਮਾ ਵਕਤ ਦੇ ਨਾਲ ਜ਼ਖਮ ਭਰੀ ਜਾਂਦੇ ਹੁੰਦੇ ਨੇ ਇਹ ਤਾਂ ਬੜੀ ਪੁਰਾਣੀ ਗੱਲ ਹੈ ਮੇਰੀ ਮਾਸੀ ਤਾਂ ਬਾਲ ਬੱਚਿਆਂ ਵਾਲੀ ਹੁਣ ਹੋ ਗਈ ਹੈ ਇਹ ਤਾਂ ਉਹ ਕਿੰਤੀ ਖਾਣਾ ਬੇ ਸ਼ਰਮ ਦਾ ਘਿਓ ਬਟੀਜਾ ਤੇ ਉਹ ਸਕੇ ਮੈਂ ਰੁੱਕੀ ਖਾ ਲੈਂਦਾ ਇਹ ਤੇ ਚੋਪੜੀ ਖਾਦੀ ਬੈਠਾ ਸਾਬਰਾ ਨੂੰ ਗਾ ਬਣਵਾ ਕੇ ਆਦੀ ਇੱਜ਼ਤ ਬੜੀ ਸੋਹਣੀ ਕਰਵਾਈ ਬੈਠਾ ਹੈ ਮਾਈ ਸਾਬਰਾ ਦਾ ਰਿਕਾਰਡ ਹੈ ਕਿਸੇ ਦੋਲਾ ਨਹੀਂ ਰੱਖਦੀ ਚੰਗਾ ਕਰਦੀ ਭਾਈ ਮੇਰਾ ਤਾਂ ਤੈਨੂੰ ਪਤਾ ਹੈ ਨਾ ਮੈਂ ਕੀ ਹੋ ਜਿਆ ਬੰਦਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨੀ ਆ ਤੂੰ ਕੀ ਹੋ ਜਿਆ ਬੰਦਾ ਹੈ ਮੈਂ ਤੇਰੇ ਮੁੱਢ ਨੂੰ ਵੀ ਜਾਣਨੀ ਆ ਤਰਾਏ ਵਾਰੀ ਤੇਰੀ ਰਾਨ ਮਿੱਲੋ ਉਧਲੀ ਤੇ ਚੌਥੀ ਵਾਰੀ ਤੂੰ ਘਰ ਗੱਤੀ ਬੈਠਾ ਤੇ ਵਸੈਂਦਾ ਪਿਆ ਹੈ ਅਯੋ ਜਿਆ ਤਬੂੜ ਹੈ ਨਾ ਇਹੋ ਜਿਹਾ ਬੂੜ ਖੱਟਿਆ ਨਾ ਮੈਨੂੰ ਤਾਨੇ ਦੇਵੇਂ ਨਾ ਉਹ ਜਾਣੇ ਬੁੱਧਨਾ ਤੂੰ ਕਿਉਂ ਆਦਾ ਦਿਲ ਮਾੜਾ ਕਰਨਾ ਹੈ ਜੇ ਮੈਂ ਇਹ ਕੰਮ ਕੀਤਾ ਤੇ ਅੱਜ ਵੀ ਮੇਰਾ ਨਾਂ ਬੋਲਦਾ ਪਿਆ ਮੇਰਾ ਤਾਂ ਡੁੱਬਿਆ ਪਿਆ ਨਾ ਉਹ ਜਣ ਤਰ ਜਾਸੀ ਲੱਖ ਲਾਨਾ ਦੀ ਨੇ ਸ਼ਰਮ ਤਾਂ ਨਹੀਂ ਆਉਂਦੀ ਨੇ ਆ ਖੱਚਰ ਦੇ ਦੰਦਾਂ ਵਾਲੇ ਤੇ ਕਬਰਾਂ ਪੱਟਣ ਵਾਲੀ ਸੇ ਆ ਆ ਮਾਈ ਸਾਬਰਾ ਚੌਧਰੀ ਫਲਕ ਸ਼ੇਰ ਨੂੰ ਜਾਣਨੀ ਹੈ ਫਲਕ ਸ਼ੇਰ ਨੂੰ ਓਏ ਖਬਰਦਾਰ ਓਏ ਕਿਸੇ ਮੇਰੇ ਬਾਰੇ ਮਾਈ ਨੂੰ ਪੁੱਛਿਆ ਤਾਂ ਖੱਚਾ ਨਹੀਂ ਨਹੀਂ ਤਾਂ ਮੈਂ ਬੁਰਾ ਪੇਸ਼ ਆਵਾਂਗਾ ਤੁਹਾਡੇ ਮੈਂ ਮੀਆਂ ਜਾਣਾ ਤੁਸੀਂ ਪਰੇ ਆਪੇ ਨਵੇੜੋ ਨਹੀਂ ਫਲਕ ਸ਼ੇਰ ਬਹਿ ਯਾਰ ਮਾਜ ਦਾ ਫੈਸਲਾ ਕੀਤੀ ਜਾਣਾ ਉਹ ਯਾਰ ਇੱਥੇ ਕੀ ਤੁਸੀਂ ਇਹ ਤਮਾਸ਼ਾ ਬਣਾਈ ਕਰ ਲੈ ਕੁਛ ਨਹੀਂ ਹੁੰਦਾ ਬਹਿ ਜਾ ਕੁੱਕੀ ਸਾਹਿਬ ਤੂੰ ਵੀ ਹਲਿਆ ਵਾ ਨਾ ਚੰਗਾ ਭਲਾ ਚੋਰ ਤੇਰੇ ਸਾਹਮਣੇ ਬੈਠਾ ਤੂੰ ਆਪ ਢਿੱਲਾ ਪਿਆ ਬੈਠਾ ਇਹਨੂੰ ਥਾਣੇ ਦੇ ਵੇਖੀ ਮੰਨਦਾ ਬਾਰ ਬਾਰ ਮੈਨੂੰ ਚੋਰ ਨਾ ਆਖ ਖੱਚਰ ਦੇ ਦੰਦਾਂ ਵਾਲਿਆ ਇਹ ਤੂੰ ਚੋਰ ਹੈ ਤੂੰ ਚੋਰੀ ਕੀਤੀ ਉੱਥੇ ਰੁਮਾਲ ਮੇਰਾ ਜਾਣ ਕੇ ਉੱਥੇ ਸਟਿਆ ਤਾਂ ਕਿ ਚੋਰੀ ਹੁੰਦੇ ਤੇ ਪਵੇ ਮਾਈ ਸਾਬਰਾ ਜਿਹੜੀ ਗੱਲ ਮੈਂ ਤੇਰੇ ਘਰੇ ਜਾ ਕੇ ਕੀਤੀ ਉਹ ਗੱਲ ਕਰ ਚਾ ਤੇ ਆਪਾਂ ਆਪਦੇ ਘਰੇ ਜਾਈਏ ਬਸ ਰੋਲਾ ਖਤਮ ਜਿਹੜੀ ਗੱਲ ਤਾਂ ਮੈਨੂੰ ਕੀਤੀ ਹੈ ਜਿਹੜੀਆਂ ਗੱਲਾਂ ਹਾਂ ਤੁਹਾਨੂੰ ਮੈਂ ਦੱਸੀ ਬੈਠੀ ਹਾਂ ਹਾਂ ਕਸਰ ਤਾਂ ਕੋਈ ਨਹੀਂ ਛੱਡੀ ਆਈ ਉਹ ਅੰਮਾ ਉਹ ਗੱਲ ਕਰਦੇ ਪਏ ਆ ਜਿਹੜੀ ਤੈਨੂੰ ਘਰੇ ਆ ਕੇ ਆਖਿਆ ਵੀ ਸਾਡੀ ਥਾਂ ਤੇ ਤੂੰ ਕਸਮ ਦੇਣੀ ਹਾਂ ਹੁਣ ਕਸਮ ਦੇ ਤਾਂ ਆਪਾਂ ਉਹਦੇ ਘਰੇ ਜਾਈਏ ਮੇਰਾ ਤਾਂ ਚਿੱਟਾ ਦੋਤੋ ਜਵਾਬ ਨੇ ਮੈਂ ਤਾਂ ਕਸਮ ਕੋਈ ਨਹੀਂ ਦੇਵਣੀ ਨਹੀਂ ਉਹ ਮੀਆਂ ਮਾਈ ਸਾਬਰਾ ਕਸਮ ਦੇ ਵੀ ਨਹੀਂ ਸਕਦੀ ਉਹ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੈਂ ਬੰਦਾ ਕਿਹੋ ਜਿਹਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨੀ ਆ ਰਣ ਤੇਰੀ ਕਿਹੜੀ ਉਧੜ ਗਈ ਹੈਗੀ ਏ ਤੂੰ ਕਦੇ ਕਿਸੇ ਦੇ ਬੂਹੇ ਤੇ ਜਾਣਾ ਤੇ ਕਦੇ ਕਿਸੇ ਦੇ ਬੂਹੇ ਤੇ ਜਾਣਾ ਤੂੰ ਕਾਜੜ ਖੁਸ਼ ਰਹੇ ਕੱਚ ਚ ਗੱਤੀ ਵਾਣਾ ਕਿ ਸਾਹਿਬ ਮੇਰੇ ਵੇਖਾਂ ਇਹ ਤੇ ਪਰ ਮਾਜ ਫਿੱਟੇ ਕਰ ਜਿਹੜੀ ਹੋ ਗਈ ਏ ਫਿੱਟੀ ਕਰਨੀ ਤੇ ਬਣਦੀ ਮੈਂ ਮਾਜ ਕਿਉਂ ਫਿੱਟੀ ਕਰਾਂ ਓ ਮੀਆਂ ਮੈਂ ਤੁਹਾਨੂੰ ਦੋਵਾਂ ਨੂੰ ਥਾਣੇ ਦੇਣਾ ਆਪਣੇ ਪਿੰਡੇ ਦੇ ਲੋਕਾਂ ਵੱਲ ਲਓ ਓਏ ਅੰਮਾ ਓਏ ਤਾਂ ਕੁੱਤੀ ਚੀਕਾ ਪਿਆ ਜਾਣਾ ਓ ਚੱਲ ਆਪਾਂ ਘਰ ਚੱਲੀ ਆ ਜੀ ਮੈਂ ਮਾਜ ਦੇ ਪੈਸੇ ਵੀ ਲੈਣੇ ਨੇ ਲਗੇ 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 ਕਿਹੜੀ ਮਾਜ ਦੇ ਤੂੰ ਪੈਸੇ ਲੰਮਣੇ ਓਏ ਜਿਹੜੀ ਚਾਚਾ ਕੁੱਕੀ ਵਾਲੀ ਆਪਾਂ ਵੇਚੀ ਏ ਲੱਖ ਲਾਣਾ ਤੇ ਦੌਰਾ ਪਾ ਗਏ ਸਾਰਿਆਂ ਚ ਗੱਲ ਖੋਲੀ ਕਰਾਂ ਏ ਲੈ ਫਲਕ ਸ਼ੇਰਾ ਮਾਜ ਲੱਭ ਪਈ ਆਈ ਚੋਰੀ ਇਹ ਨਾ ਕੀਤੀ ਇਲਜ਼ਾਮ ਆਪਣੇ ਉੱਤੇ ਠੋਕੀ ਖਲੋਤੇ ਮੈਂ ਸਾਬਰਾਂ ਦੇ ਪੁੱਤ ਨੂੰ ਦੋਰੇ ਪੈਂਦੇ ਹੈਗੇ ਤੇ ਸ਼ੁਕਰ ਉਹਨੇ ਸੱਚੀ ਗੱਲ ਦੱਸ ਦਿੱਤੀ ਹੈਗੀ ਆਪਣੀ ਤੋਣ ਚੋਣ ਛੁੱਟੀ ਲੈ ਚੌਧਰੀ ਫਲਕ ਸ਼ੇਰਾ ਆ ਮਾਈ ਸਾਬਰਾ ਜਿਹੜੀ ਸਾਰਿਆਂ ਲੋਕਾਂ ਦੇ ਸ਼ਿਜਰੇ ਪੁਣਦੀ ਹੈ ਤਾਂ ਦੱਸਦੀ ਹੈ ਆ ਆਪ ਚੋਰੀਆਂ ਕਰਾਂਦੀ ਨੇ ਇਹਨੂੰ ਫਾਦ ਲੋ ਇਹਨੂੰ ਥਾਣੇ ਦੇ ਦਿਓ ਆ ਦੇਖ ਤੂੰ ਦਿੰਦੇ ਕੋਲ ਵੇਖੇ ਨਹੀਂ ਜਾਂਦੇ ਹੈਗੇ ਅਗਲਿਆਂ ਨੂੰ ਬੜਾ ਪੁੰਦੀ ਹੈਗੀ ਅਬੇ ਕਹੇ ਤੇ ਕੁੱਤੇ ਆ ਕੇ ਤੇਰੇ ਮੈਂ ਦਿਮਾਗ ਜਾ ਕੇ ਘਰੇ ਸਹੀ ਕਰਨੀ ਆ ਠੀਕ ਹੈ ਅੰਮਾ ਉਹ ਮੈਨੂੰ ਚੱਲ ਕੇ ਘਰ ਦਵਾਈ ਦੇ ਨਹੀਂ ਤਾਂ ਮੈਂ ਹੋਰ ਸੱਚੀ ਗੱਲ ਦੱਸ ਦਿਸਾਂ ਠੀਕ ਹੈ ਬਾਬਾ ਤੇ ਮੈਂ ਛੋਰ ਨੂੰ ਦਵਾਈ ਦੇ ਕੇ ਨਾ ਘਰੇ ਤੇ ਮੁੜ ਮੈਂ ਲੱਗੀ ਆਉਣੀ ਆ ਅੱਜ ਦੀ ਦਿਹਾੜੀ ਨੂੰ ਦਵਾਈ ਨਾ ਦੇ ਤਬੇ ਤੇਰੇ ਹੋਰ ਜੁੱਗੇ ਵੀ ਦੱਸੇ ਸੀ
ਕਮਾਈ ਚੋਰੀ ਤੁਹਾਡੇ ਤੇ ਸਾਬਤ ਹੋਈ ਖੜੀ ਹੈ ਅਸਲ ਗੱਲ ਕੀ ਹੈ ਮੇਰਾ ਪੁੱਤਰ ਮਾਰੀ ਖੜਾ ਚਗਲ ਤੇ ਗੱਲ ਕੀਤੀ ਖੋਤਾ ਸਿੱਧੀ ਚੋਰੀ ਮੈਂ ਹੀ ਕਰਵਾਈਏ ਕਿਉਂ ਚੋਰੀ ਕਰਵਾਈਏ ਤੁਹਾਡੀ ਕੀ ਦੁਸ਼ਮਣੀ ਆਈ ਇਹਦੇ ਨਾਲ ਚੌਧਰੀ ਸਾਹਿਬ ਮੈਂ ਤੈਨੂੰ ਦੱਸਣੀ ਆ ਗੱਲ ਜਿਹੜੀ ਹੈ ਸਿੱਧੀ ਹਾਂ ਮੈਂ ਕੀ ਕਰਦੀ ਚਾਹ ਪੀਂਦੀ ਪਈਆਂ ਤਾਂ ਦਵਾਈ ਲੈ ਆਂਦੀ ਆਈ ਕਿਹੜੀ ਦਵਾਈ ਤਾਂ ਖਲਾਣਾ ਤੇ ਉਹ ਦਵਾਈ ਜਿਹੜੀ ਤੈਨੂੰ ਭੁੱਲਾਂ ਦੀ ਬਿਮਾਰੀ ਹੈ ਹਾਂ ਉਹ ਮੈਂ ਲੈ ਤੇ ਡਾਕਟਰ ਨੇ ਆਖਿਆ ਲੱਸੀ ਨਾ ਖਾਣੀ ਹੈ ਜਾ ਕੇ ਅੱਛਾ ਲੱਸੀ ਨਾ ਦਵਾਈ ਲੈਣੀ ਆਈ ਹਾਂ ਮਾਂ ਇੱਥੇ ਬਾਹਰ ਚੱਲ ਲੋ ਚਾਹ ਪਈ ਆਈ ਤਾਂ ਨਾ ਪੀਵੀਂ ਮੈਂ ਤੈਨੂੰ ਕੁੱਕੀ ਕਰ ਲੱਸੀ ਲਿਆ ਦੇਣੀ ਆ ਹਲਾ ਲੈ ਚਾਚਾ ਜੀ ਇਹਦੇ ਵੇਖੋ ਐਡੀ ਸੋਹਣੀ ਮੈਂ ਰੋਟੀ ਪਕਾਈ ਹੈ ਤੇ ਮੱਖਣ ਲਾ ਕੇ ਲੱਖ ਲਾਣਾ ਚਾਚਾ ਕਿਉਂ ਸੱਦਾਈ ਹਾਂ ਸ਼ਰਮ ਨਹੀਂ ਹੁੰਦੀ ਕਿਉਂ ਮੈਂ ਤੈਨੂੰ ਕੀ ਸੱਦਾ ਮੈਂ ਜੇ ਜਵਾਨ ਆ ਤਾਂ ਮੁੱਛਾ ਜਿਹੜੀ ਬਗੀਆਂ ਬੁਗੀਆਂ ਮਾੜੀਆਂ ਮੋਟੀ ਹੋਈਆਂ ਨਾ ਧੁੱਪ ਨਾਲ ਹੋਈਆਂ ਧੁੱਪ ਤੇ ਬਗੀਆਂ ਨਹੀਂ ਹੋਈਆਂ ਅਗਰ ਤਾਂ ਵਾਸਤੇ ਤੂੰ ਮੇਰੇ ਉੱਤੇ ਹੱਥ ਚੁੱਕਿਆ ਨਾ ਤੇ ਮੈਂ ਤੈਨੂੰ ਰੋਟੀ ਪਕਾ ਕੇ ਕੋਈ ਨਹੀਂ ਦੇਣੀ ਆਦੀ ਸਮਾਣੀ ਨੂੰ ਲੈ ਵੀ ਮੋੜੋ ਤੈਨੂੰ ਪਕਾ ਕੇ ਖਵਾਈ ਕਰ ਸੀ ਨਮਸਕਾਰ ਜੀ ਉਹ ਮੈਨੂੰ ਦੋ ਚਾਰ ਗਾਣਾ ਗਾਣ ਲੈ ਜਾ ਕਰ ਚਾਚਾ ਨਾ ਸੱਦਾ ਕਰ ਤੇਰੇ ਪਿੱਛੇ ਤੇ ਮੈਂ ਸਵਾਣੀ ਬਜਾਈਏ ਤੂੰ ਮੈਨੂੰ ਚਾਚਾ ਸੱਦੀ ਖੋਤੀ ਮੇਰੇ ਪਿੱਛੇ ਸਵਾਣੀ ਕੋਈ ਨਹੀਂ ਬਜਾਈ ਹੋਈ ਉਹ ਤੇਰੇ ਕਰਤੂਤਾਂ ਤੋਂ ਨਾਸ ਕੇ ਗਈ ਹੈ ਉਹ ਮੇਰੀਆਂ ਕਰਤੂਤਾਂ ਤੋਂ ਨਾਸ ਕੇ ਨਹੀਂ ਗਈ ਆ ਤੇਰੇ ਯਰਾਨੇ ਦੀ ਵਜ੍ਹਾ ਤੋਂ ਗਈ ਹੈ ਉਹਨੇ ਮੈਂ ਮਨਾ ਲੈ ਸਾ ਰੋਟੀ ਦੇ ਮੈਨੂੰ ਭੁੱਖ ਲੱਗੀ ਖੋਤੀ ਬਾਹ ਕੁੱਕੀ ਕੀ ਹਾਲ ਹੈ ਨਹੀਂ ਠੀਕ ਠਾਕ ਹਾਂ ਤੇ ਮੈਂ ਲੱਸੀ ਦਾ ਦੇਉ ਚਾਹ ਅੱਜ ਲੱਸੀ ਦੇ ਹਾਂ ਮੇਰੇ ਪੁੱਤ ਨੂੰ ਮੈਂ ਬਿਮਾਰੀ ਦਿਮਾਗ ਦੀ ਤੇ ਉਹਨੂੰ ਡਾਕਟਰ ਨੇ ਆਖਿਆ ਵੀ ਲੱਸੀ ਨਾਲ ਦਵਾਈ ਲਮਣੀ ਹੈ ਤੇਰੇ ਪੁੱਤ ਨੂੰ ਛੱਡ ਤੇ ਤੈਨੂੰ ਬਿਮਾਰੀ ਹੋਵੇ ਮੈਂ ਤਾਂ ਲੱਸੀ ਕਿਸੇ ਦੇ ਵਿੱਚ ਬੁਰੀ ਬਣ ਕੇ ਗਈ ਹਾਂ ਓਏ ਹਾਏ ਕਿਵੇਂ ਦੀ ਗੱਲਾਂ ਕਰਦਾ ਪਿਆ ਵਸਦੇ ਬੂਆ ਤੇ ਬੰਦਾ ਆ ਹੀ ਜਾਂਦਾ ਹੈ ਕਿਹੜੇ ਪਾਸੇ ਤੈਨੂੰ ਵਸਦਾ ਬੂਆ ਨਹੀਂ ਜਾਂਦਾ ਪਿਆ ਖੁਸਰੇ ਰੋਟੀ ਪਕਾਈ ਜਾਂਦਾ ਸਵਾਣੀ ਰੁੱਸੀ ਹੋਈਏ ਤੇ ਘਰ ਉਜੜਾ ਪਿਆ ਘਰ ਤੇ ਉਜੜਿਆ ਪਿਆ ਤਾਂ ਮੈਂ ਉਜਾੜਿਆ ਮੈਂ ਲੱਸੀ ਤਾਂ ਗੋੜ ਦੇ ਮੈਂ ਆਦੇ ਘਰੇ ਜਾਵਾਂ ਘਣੀ ਗੱਲਾਂ ਨਾ ਕਰ ਰੋਕ ਤੋਂ ਹੀ ਬਾਂਦੀ ਜਿਵੇਂ 4 ਮਹੀਨੇ ਮੇਰੇ ਬੂਆ ਤੇ ਬਣ ਗਈਏ ਹੈ ਕੋਲੀ ਲੱਸੀ ਹੈਗੀ ਭੱਜ ਜਾ ਇੱਥੋਂ ਜੇ ਤੈਨੂੰ ਅੱਲਾ ਪਾਕ ਦੇ ਛੱਡੀ ਹੈ ਨਾ ਮਾਜਦ ਜੀ ਘੇਰ ਕੇ ਖਾ ਜੇ ਲੱਸੀ ਲੈਣੀ ਹੈ ਨਾ 500 ਦਾ ਗੱਡਵਾ ਭਰ ਕੇ ਦੇਸਾਂ ਤੋਬਾ ਤੋਬਾ ਲੱਸੀ ਵੇਚਣੀ ਹੈ ਹਾਂ ਵੇਚਾਂ ਜਾ ਨਮੂਨੇ ਆ ਬੇਈਮਾਨ ਆ ਕੇ ਤੂੰ ਬੇਈਮਾਨ ਖੱਚ ਜਿਆ ਨਾ ਹੁੰਦਾ ਤਾਂ ਲੱਸੀਆਂ ਵੇਚ ਕੇ ਗੁਜ਼ਾਰੇ ਕਰੂਵੇ ਨਮੂਨਾ ਖੱਚ ਤੂੰ ਅਸੀਂ ਖੱਚ ਅਸੀਂ ਤੇਰਾ ਸਾਈਂ ਖੱਚ ਉਹਨਾਂ ਤੇਰੇ ਅਗਲੇ ਪਿਛਲੇ ਖੱਚ ਤੇਰੀ ਅਸੀਂ ਰਾਨ ਖੱਚ ਅਸੀਂ ਤੇਰਾ ਖੁਸਰਾ ਮੈਨੂੰ ਖੱਚ ਨਾ ਆਖੀ ਪਿਆ ਨੀ ਮਾਈ ਮੈਨੂੰ ਖੱਚ ਖੁਚ ਨਾ ਆਖੀ ਪਈ ਮੈਂ ਆ ਬੜੀ ਜ਼ਮਾਨ ਦੀ ਗੰਦੀ ਆਉ ਤੂੰ ਖੱਚ ਇੰਨੀ ਸਾਦ ਤੈਨੇ ਨਾਲ ਹੀ ਪੂਰੀ ਲੈ ਓ ਬਾਈ ਸ਼ਾਬਰਾ ਮੈਨੂੰ ਭਾਂ ਦੋ ਵਾਰੀ ਖੱਚ ਆਖ ਮੇਰੀ ਸਵਾਣੀ ਨੂੰ ਭਾਂ 11 ਵਾਰੀ ਆਖ ਮੇਰੇ ਖੁਸਰੇ ਨੂੰ ਕੋਈ ਗੱਲ ਨਹੀਂ ਕਰਨੀ ਇਹ ਤੇਰਾ ਪੀਰ ਹੈ ਕਿ ਤੇਰਾ ਖੁਸਰਾ ਇਹ ਖੱਚ ਹੀ ਹੈ ਜਿਹੜਾ ਤੇਰੇ ਕੋਲ ਪਣ ਕਰਦਾ ਵਰਾ ਤੇ ਅਗਾਂ ਤੋਂ ਵਾਸਤੇ ਦੁਆਇਆ ਨਾ ਨਿਓਲ ਦੇ ਮੂੰਹ ਵਾਲਿਆ ਮੈਂ ਗੱਡਵਾ ਮਾਰ ਕੇ ਮੈਂ ਤੇਰਾ ਨੱਕ ਬੰਨਸਾ ਓ ਮੈਂ ਨਹੀਂ ਆਉਂਦਾ ਤੂੰ ਜਾ ਪਰਾਂ ਜਾ ਪਰਾਂ ਨਮੂਨਾ ਜਾਨ ਆਉਂਦਾ ਤੇ ਸ਼ਕਾ ਲਕਾ ਲਈ ਕੋਈ ਨਹੀਂ ਸੁ ਹਾਂ ਤੁਹਾਡੇ ਧੱਕਾ ਲੈ ਹੁਣ ਤੂੰ ਆਵੇਂ ਉੱਥੇ ਇਹ 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 ਕਰ ਜੰਨਾ ਮੈਂ ਨਹੀਂ ਆਉਂਦਾ ਜਾ ਤੂੰ ਔਰ ਆਵੇਂ ਨਾ ਸਾਡੇ ਘਰੇ ਪਿਛਾ ਤੂੰ ਖੱਚ ਤੇਰਾ ਖੁਸਰਾ ਖੱਚ 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 ਹੁਣ ਖੁਸਰੇ ਨੂੰ ਖੱਚ ਆਖਾਂ ਮੈਂ ਤੇ ਲੱਤਾਂ ਬੰਨ ਦੇਸਾਂ ਮੈਂ ਮਾਰ ਕੇ ਨਾ ਕੱਢਣਾ ਤੇ ਮੈਂ ਤੇਰਾ ਸਿਰ ਪਾੜ ਦੇਸਾਂ ਲੰਮੀਆਂ ਟੰਗਾਂ ਵਾਲਾ ਬਗਲਾ ਕਿਰਾਈ ਖਲੋਤੇ ਉਸ ਮਾਈਕਲ ਬੇਇੱਜ਼ਤੀ ਤੇ ਰੋਟੀ ਖਾ ਲਾ ਹੁਣ ਪਿਛਾ ਮੇਰੇ ਘਰੇ ਆਈ ਤੇ ਮੈਂ ਕੁੱਤੇ ਛੇੜਸਾਂ ਚੱਲ ਰੋਟੀਆਂ ਪਕੜ ਲੈ ਆ ਕੁੱਤਾ ਬੇਗੈਰਤ ਨੂੰ ਹੁੰਦਾ ਤਾਂ ਕੰਜਰ ਸਵਾਣੀ ਇਹਦੀ ਚੰਗੀ ਹੈ ਤਾਂ ਆਪ ਤਾਂ ਕੁੱਤੇ ਦਾ ਵੱਡੇ ਹੋਇਆ ਹੈ ਕੌਣ ਮਾਂ ਆ ਜਿਹੜਾ ਹੈ ਨਾ ਸਰਕਸ ਦਾ ਬਾਂਦਰ ਕੁੱਕੀ ਮੈਨੂੰ ਲੱਸੀ ਨਹੀਂ ਦਿੱਤੀ ਸੋ ਮੈਨੂੰ ਆਂਦਾ ਲੱਸੀ ਮੈਂ ਮੇਰੇ ਕੋਈ ਨਹੀਂ ਹੈਗੀ ਮੇਰੇ ਕੋਲ ਮੈਂ ਵੇਚਣੀ ਹੈ ਲੱਸੀ ਜੇ ਮੋਲ ਲਵਣੀ ਤਾਂ ਲੈ ਜਾ ਮੈਂ ਲੈ ਲਵਾਂ ਤਾਂ ਸਾਵੀਆਂ ਦੀ ਮੈਂ ਦਵਾਈ ਹੁਣ ਕਿੰਨਾਂ ਨਾਲ ਲੈ ਸਾਂ ਓ ਬੇਗੈਰਤ ਜਿਹੜਾ ਕੋ ਮੈਨੂੰ ਕੁੱਤਾ ਦਾ ਛੋਟ ਛੋਟ ਕੇ ਪਾਇਆ ਗਿਆ ਤੂੰ ਟੈਨਸ਼ਨ ਨਾ ਲੈ ਲੱਸੀ ਤੈਨੂੰ ਮਿਲਿਆ ਦੇਸਾਂ ਭੂਤ ਨੇ ਕਲੂ ਤਾਂ ਦਵਾਈ ਲੈ ਲਵੀ ਚਲੋ ਠੀਕ ਹੈ ਹੁਣ ਮੇਰੀ ਇਹ ਗੱਲ ਸੁਣ ਤੂੰ ਮੇਰਾ ਪੁੱਤਰ ਹੈ ਨਾ ਜੇ ਇਸ ਲੱਸੀ ਮੈਨੂੰ ਨਹੀਂ ਨਾ ਦਿੱਤੀ ਤੇ ਲੱਸੀ ਆਪਾਂ ਇਹਨੂੰ ਨਹੀਂ ਪੀਵਣ ਦੇਣੀ ਤਾਂ ਜਿਹੜੇ ਦੇਸੀ ਘਿਓ ਨਾਲ ਟੁੱਕਰ ਖਾਂਦਾ ਨਾ ਤੇ ਸਾਗਾ ਦਾ ਕੂਲੇ ਕਰਦਾ ਹੈਗਾ ਇਹ ਨਾ ਕਰਸੀ ਇਹਦੀ ਮਾਂ ਛੱਡ ਕੇ ਨਾ ਤੇ ਫੂਕ ਓਏ ਦੀ ਮਾਂ ਤੇ ਤਾਂ ਮੇਰੀ ਕਦਰ ਦੀ ਨਿਗਾਈ ਓਏ ਅੰਮਾ ਹੋਣੇ ਦੀ ਮਾਂ ਤੇ ਵੀ ਉਹਦੇ ਕਿੱਲੇ ਤੇ ਨਜ਼ਰ ਨਾ ਉਸੀ ਮੈਂ ਫੂਕ ਦੇਸਾਂ ਸ਼ਾਬਾਸ਼ ਮੇਰੇ ਪੁੱਤਰ ਆ ਕੰਮ ਤੂੰ ਕਰ ਲੱਸੀ ਮੈਂ ਲਾਇਆ ਨੇ ਤੇਰੇ ਜੋਗੀ ਤੇ ਮਾਂ ਛੱਡ ਕੇ ਇੱਥੇ ਲਾਇਆ ਐਵੇਂ ਮੈਨੂੰ ਦੁਆਵਾ ਦਿੱਤੀ ਰੱਖੀ ਕਰ ਅੰਮਾ ਸ਼ਾਬਾਸ਼ ਮੇਰੇ ਪੁੱਤਰ ਜਾ ਮੈਂ ਲੱਸੀ ਲਾਇਆ ਵਾ
फाइल चलाओ। माई तेनू असि की फाइल आ गई, तेरी जगह कोई बंदा होंदा असि ओनू थाने दे देना सी। कुकी साहब एक लस्सी दी खातर तू इतना नुकसान झली बैठा है, तू लस्सी दे देवी आ। ओ किवें दे लवां, विच किरली डिग्गी पई आ, पी विया तो मर जावे। तेनू मैं कहया सी ना मैं तेरे पिंड ही नहीं जाना, क्योंकि तेरा सारा पिंड ही चगलांदा है। हां, ऐसी मजीद फनी वीडियोस देखने के लिए हमारे चैनल रचनावी जीवी को सब्सक्राइब करें।